ਉਹ ਕਹਿੰਦੇ ਸੀ ਮੈਂ ਵਕੀਲ ਲੱਗਾ ਹਾਂ ਸਰਕਾਰੀ ਵਕੀਲ ਹਾਂ ਮੈਂ ਉਸ ਤੋਂ ਬਾਅਦ ਮੈਂ ਹਾਲੇ ਆਈ ਪੀ ਐਸ ਦੇ ਜਿਹੜੇ ਹੈਗੇ ਆ ਟ੍ਰੇਨਿੰਗ 'ਤੇ ਜਾਣਾ ਹੈ ਅਤੇ ਉਹ ਕਹਿੰਦਾ ਸੀਗਾ ਵੀ ਮੈਂ ਤੁਹਾਨੂੰ ਵੀ ਆਪਣੇ ਜਾਣ ਤੋਂ ਪਹਿਲਾਂ ਤੁਹਾਡੀ ਜਿਹੜੀ ਹੈਗੀ ਆ ਨੌਕਰੀ ਲਵਾ ਦੇਣੀ ਹੈਗੀ ਆ। मोगा पुलिस ने बेरोजगार लड़कियां नाल ठगी मारन वाले अते अफीम तस्करी केस च कैद कर चुके नकली आईपीएस अफसर नु काबू कीता है। मुलजम गरीब परिवारां नाल संपर्क करके उना दे न्याणियां नु नौकरी देण दा झांसा दे के ठगिया मारदा सी। एक थोड़े नाल ठगी वजी की मामला की है सर सानू उना ने इतरा किया सीगा भी तुसीं सानू पैसे दे दो असीं तुहानू कचहरी दे विच जज दे नीचे तुसीं काम करोगे क्लर्क दी जॉब तुहानू देवांगे ठीक है। तो उस तो बाद सानू मतलब भी हाई कोर्ट भी लैके गए सी उत्थे राकेश कुमार हैगा सी कोई उहदे नाल मिलाया सी और कपड़े तो उहदे जज वाले ही पाए हुए सीगे ते सानू इन्ना मतलब भी पता नहीं है कचहरियां बारे ते उह सानू भी लगा ही फिर भी जज ही होएगा पर उह ना उठ के बाहर आया सी कोर्ट तो सानू मिलन। ਕਿੰਨੀਆਂ ਲੜਕੀਆਂ ਸੀਗੀਆਂ ਜਿਹੜੀਆਂ ਅਸੀਂ ਤਾਂ ਚਾਰ ਲੜਕੀਆਂ ਗਈਆਂ ਸੀ ਤਾਂ ਅੱਛਾ ਇਹ ਚਾਰਾਂ ਨੂੰ ਕੀ ਨੌਕਰੀ ਕੀ ਦਵਾਉਣ ਦਾ ਕਿਹਾ ਸੀ ਕਲਰਕ ਦੀ ਨੌਕਰੀ ਦਵਾਉਣ ਦਾ ਕਿਹਾ ਸੀ ਅੱਛਾ ਕਿੰਨੇ ਪੈਸੇ ਕਿੰਨੇ ਲਏ ਤੁਹਾਡੇ ਤੋਂ ਸਾਡੇ ਤੋਂ 1 ਲੱਖ ਰੁਪਇਆ ਲਿਆ ਚਾਰਾਂ ਜਣਿਆਂ ਤੋਂ ਚਾਰਾਂ ਤੋਂ ਲੱਖ ਰੁਪਇਆ ਲਿਆ ਜੀ ਨਹੀਂ ਜੀ 1 ਲੱਖ ਚਾਰਾਂ ਤੋਂ ਲਿਆ ਅੱਛਾ ਹੁਣ ਤੁਸੀਂ ਸ਼ਿਕਾਇਤ ਕੀਤੀ ਕੀ ਕਿਹਾ ਕੀ ਸੀ ਅਸੀਂ ਤਾਂ ਇਹੀ ਬਿਆਨ ਦਿੱਤਾ ਵੀ ਸਾਡੇ ਨਾਲ ਠੱਗੀ ਵੱਜੀ ਆ ਹਲੇ ਉਹਨਾਂ ਨੇ ਸਾਨੂੰ ਨੌਕਰੀ ਦਾ ਮਤਲਬ ਵੀ ਇਹ ਕਹਿ ਕੇ ਤੇ ਹਲੇ ਪੈਸੇ ਲੈ ਕੇ ਚਲਾ ਗਿਆ। ਮਾਮਲਾ ਇਹੀ ਸੀਗਾ ਕਿ ਸਾਨੂੰ ਉਹਨਾਂ ਨੇ ਜਗਰਾਜ ਸਿੰਘ ਸੀਗੇ ਜਿਹੜੇ ਉਹਨਾਂ ਨੇ ਸਾਨੂੰ ਨੌਕਰੀ ਤੇ ਲਵਾਉਣ ਲਈ ਕਿਹਾ ਸੀਗਾ ਉਹ ਕਹਿੰਦੇ ਵੀ ਹਨਾ ਤੁਹਾਨੂੰ ਵਕੀਲ ਦੇ ਨੀਚੇ ਨੌਕਰੀ ਲਵਾਵਾਂਗੇ ਵੀ ਹਨਾ ਤੁਹਾਨੂੰ ਸਰਕਾਰੀ ਨੌਕਰੀ ਮਿਲੂਗੀ ਇਹ ਇਸ ਲਈ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਉਹਨਾਂ ਨੇ ਸਾਡੇ ਤੋਂ ਪੈਸੇ ਲੈ ਕੇ ਮਤਲਬ ਸਾਨੂੰ ਕਚਹਿਰੀਆਂ ਵਿੱਚ ਨੌਕਰੀ ਲਵਾਉਣ ਦਾ ਕਿਹਾ ਸੀਗਾ ਉਹਨਾਂ ਨੇ ਸਾਨੂੰ ਕਿਹਾ ਸੀਗਾ ਵੀ ਤੁਹਾਨੂੰ ਜੱਜ ਦੇ ਥੱਲੇ ਨੌਕਰੀ ਮਿਲੂਗੀ ਵੀ ਇਹਦਾ ਕੋਈ ਗੱਲ ਨਹੀਂ ਵੀ ਤੁਹਾਡੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਠੱਗੀ ਨਹੀਂ ਮਿਲੂਗੀ ਵੱਜੂਗੀ ਵੀ ਇਸ ਲਈ ਉਹ ਸਾਨੂੰ ਚੰਡੀਗੜ੍ਹ ਵੀ ਲੈ ਕੇ ਗਏ ਸੀਗੇ ਉੱਥੇ ਸਾਨੂੰ ਰਕੇਸ਼ ਕੁਮਾਰ ਨਾਲ ਮਿਲਾਇਆ ਸੀਗਾ ਤੇ ਉਹਨਾਂ ਨੇ ਮਤਲਬ ਉਹਨਾਂ ਨੇ ਕਿਹਾ ਸੀਗਾ ਵੀ ਆਪਾਂ ਸਾਰੇ ਮਿਲ ਕੇ ਕੰਮ ਕਰਾਂਗੇ ਵੀ ਹਨਾ ਵੀ ਤੁਹਾਨੂੰ ਇਹ ਨੌਕਰੀ ਵੀ ਵਧੀਆ ਲੱਗੂਗੀ ਵੀ ਤੁਸੀਂ ਆਪਦਾ ਕੰਮ ਵਧੀਆ ਤਰੀਕੇ ਨਾਲ ਕਰਨਾ ਹੈ ਉੱਥੇ ਕੀ ਨੌਕਰੀ ਕੀ ਕਹਿੰਦਾ ਸੀ ਲਾਵਾਂਗਾ ਨੌਕਰੀ ਸਾਨੂੰ ਕਹਿੰਦਾ ਸੀ ਤੁਹਾਨੂੰ ਵਕੀਲ ਦੇ ਥੱਲੇ ਨੌਕਰੀ ਕਰਨੀ ਪੈਂਦੀ ਕਿੰਨੀਆਂ ਕੁ ਕੁੜੀਆਂ ਨੇ ਜਿਨ੍ਹਾਂ ਨੂੰ ਇਹ ਕਿਹਾ ਗਿਆ ਅਸੀਂ 4 ਕੁੜੀਆਂ ਸੀਗੀਆਂ ਬਾਕੀ ਆ ਤਾਂ ਸਾਨੂੰ ਪਤਾ ਆਪਦੇ ਆਪ ਨੂੰ ਉਹ ਕੀ ਦੱਸਦਾ ਸੀਗਾ ਆਪਦੇ ਆਪ ਨੂੰ ਸਰਕਾਰੀ ਵਕੀਲ ਕਹਿੰਦਾ ਸੀ ਜੀ ਕੋ ਆਈਪੀਐਸ ਵੀ ਦੱਸਦਾ ਸੀ ਕਹਿੰਦਾ ਵੀ ਹਾਂਜੀ ਉਹ ਕਹਿੰਦਾ ਸੀ ਮੈਂ ਆਈਪੀਐਸ ਦੀ ਟ੍ਰੇਨਿੰਗ ਤੇ ਜਾਣਾ ਹੈ ਹੁਣ ਉਹ ਕਹਿੰਦਾ ਸੀ ਪਹਿਲਾਂ ਤੁਹਾਨੂੰ ਨੌਕਰੀ ਤੇ ਲਵਾ ਦਵਾਂ ਬਾਅਦ ਚ ਮੈਂ ਆਈਪੀਐਸ ਦੀ ਟ੍ਰੇਨਿੰਗ ਤੇ ਜਾਊਂਗਾ ਕਿੰਨੇ ਕੁ ਪੈਸੇ ਕਿੰਨੇ ਕੁ ਲੈ ਲੋ ਪੈਸੇ ਸਾਡੇ 4 ਕੁੜੀਆਂ ਤੋਂ 1 ਲੱਖ ਰੁਪਇਆ ਲਿਆ ਮਤਲਬ 25000 ਰੁਪਇਆ ਇੱਕ ਕੁੜੀ ਤੋਂ ਲਿਆ ਉਹਨੇ ਹੁਣ ਕੀ ਮੰਗ ਕੀ ਕਰਦੇ ਹੁਣ ਅਸੀਂ ਇਹੀ ਮੰਗ ਕਰਦੇ ਆ ਵੀ ਜਾਂ ਤਾਂ ਸਾਨੂੰ ਨੌਕਰੀ ਦਿਵਾਵੇ ਜਾਂ ਸਾਡੇ ਪੈਸੇ ਵਾਪਸ ਕਰ ਦੇਵੇ ਕਿਉਂਕਿ ਅਸੀਂ ਪੜ੍ਹਾਈ ਵੀ ਛੱਡੀ ਆ ਹੁਣ ਇਸ ਲਈ ਸਾਨੂੰ ਵੀ ਨੌਕਰੀ ਦਿਵਾਵੇ ਉਹ ਜਿਵੇਂ ਸਰਕਾਰ ਆ ਉਹ ਕਹਿੰਦੀ ਨੌਕਰੀ ਦੇਵਾਂਗੇ ਭੋਲੇ ਭਾਲੇ ਲੋਕਾਂ ਨੂੰ ਇਹੋ ਜਿਹੇ ਲੋਕ ਗੁੰਮਰਾਹ ਕਰਦੇ ਨੇ ਇਹਨਾਂ ਵਾਸਤੇ ਕੀ ਚਾਹੀਦਾ ਵੀ ਹਨਾ ਇਹ ਜਿਹੜੀ ਸਰਕਾਰ ਆ ਵੀ ਉਹ ਕਹਿੰਦੀ ਤੁਹਾਨੂੰ ਨੌਕਰੀਆਂ ਦੇਵਾਂਗੇ ਪਰ ਨੌਕਰੀਆਂ ਮਿਲ ਨਹੀਂ ਰਹੀਆਂ ਇਸ ਕਰਕੇ ਵੀ ਇਹੋ ਜਿਹੇ ਲੋਕ ਸਾਨੂੰ ਗੁੰਮਰਾਹ ਕਰਦੇ ਆ ਵੀ ਜਿਹਦੇ ਨਾਲ ਅਸੀਂ ਆਪਦੀ ਪੜ੍ਹਾਈ ਵੀ ਛੱਡੀ ਆ ਹੁਣ ਇਸ ਲਈ ਸਰਕਾਰ ਨੂੰ ਚਾਹੀਦਾ ਕਿ ਸਾਨੂੰ ਬੇਰੋਜ਼ਗਾਰਾਂ ਨੂੰ ਨੌਕਰੀ ਦਿੱਤੀ ਜਾਵੇ। ਫੜਿਆ ਤੈਨੂੰ ਕਿਉਂ ਫੜਿਆ? ਹਾਂਜੀ ਮੈਂ ਨਾ ਪੈਸੇ ਲਏ ਸੀਗੇ ਜੀ ਹਾਂ 11 ਜਣੇ ਤਾਂ ਜਿਹੜੇ ਲਏ ਸੀ ਤਾਂ ਮੋੜਤੇ ਸੀਗੇ। ਅੱਛਾ ਤੇ ਜਿਹੜੇ ਉਹ ਸੀਗੇ ਦੂਸਰੇ ਜੱਤਵਾਲ ਵਾਲੇ ਜੀ ਉਹਨਾਂ ਦੇ ਰਹਿੰਦੇ ਆ ਜੀ। ਕਿੰਨੇ ਜਣਿਆਂ ਤੋਂ ਲਏ ਸੀ ਪੈਸੇ? ਹਾਂਜੀ ਉਹ ਸਾਰੇ ਜੀ ਮਤਲਬ 25 ਜਣੇ ਸੀ। ਅੱਛਾ ਕਾਦੇ ਪੈਸੇ ਕਾਦੇ ਲੈਂਦਾ ਸੀ ਕੀ ਕਹੇ? ਉਹ ਨੌਕਰੀ ਲਵਾਉਣ ਤੋਂ ਲੈਂਦਾ ਸੀ। ਕੋ ਲਵਾਇਆ ਵੀ ਹੁਣ ਤੱਕ ਨੌਕਰੀ? ਨਹੀਂ ਸਰ ਉਹ ਲੱਗੀ ਨਹੀਂ। ਅੱਛਾ ਕਿੰਦੇ ਚ ਲਵਾਉਂਦਾ ਸੀ ਨੌਕਰੀ? ਹਾਂ 20000 ਚ। ਹੈ 20000 ਚ? ਅੱਛਾ ਕਾਦੀ ਨੌਕਰੀ ਕਾਦੇ ਇਹਦੇ ਵਿੱਚ ਦਵਾਉਂਦਾ ਸੀ? ਮਤਲਬ ਆ ਜੀ ਕਚਹਿਰੀਆਂ ਦੇ। ਅੱਛਾ ਕਚਹਿਰੀਆਂ ਚ ਮਕਾਲ ਤਾਂ ਦੀ ਪੇਨ। डीएसपी सुखविंदर सिंह ने दसिया कि जशनप्रीत कौर वासी धर्मकोट अते रमनदीप कौर पिंड बग्गे दी शिकायत उत्ते जगराज सिंह पिंड दहेड़का खिलाफ केस दर्ज किया गया। मुलजम ग्रेजुएट है अते ओ सरकारी दफ्तरां च आईपीएस पास होण दी गल आ के प्रभाव बनांदा सी। सिंह सन ऑफ धर्म सिंह वासी दहेड़का लुधियाणा दा रहण वाला है। ਇਹ ਆਪਣੇ ਆਪ ਨੂੰ ਕਹਿੰਦਾ ਕਿ ਕਿਸੇ ਨੂੰ ਕਹਿੰਦਾ ਮੈਂ ਆਈਪੀਐਸ ਦੀ ਤਿਆਰੀ ਕਰ ਰਿਹਾ ਵਾਂ, ਕਿਸੇ ਨੂੰ ਕਹਿੰਦਾ ਮੈਂ ਸਿਲੈਕਟ ਹੋ ਚੁੱਕਾ ਵਾਂ ਅਤੇ ਮੈਂ ਹੈਦਰਾਬਾਦ ਟ੍ਰੇਨਿੰਗ 'ਤੇ ਜਾਣਾ ਆ। ਅਤੇ ਇਸ ਦਾ ਇਨਫਲੂਐਂਸ ਕਰਕੇ ਇਹਨੇ ਕੁਝ ਕੁੜੀਆਂ ਮੁੰਡਿਆਂ ਨੂੰ ਇਹ ਕਹਿ ਕੇ ਕਿ ਮੈਂ ਤੁਹਾਨੂੰ ਇੱਥੇ ਕੋਰਟ ਦੇ ਵਿੱਚ ਨੌਕਰੀ ਦਵਾ ਸਕਦਾ, ਕਿਸੇ ਨੂੰ ਐਲਮਦ ਰਖਾ ਸਕਦਾ ਵਾਂ, ਕਿਸੇ ਨੂੰ ਡਰਾਈਵਰ ਰਖਾ ਸਕਦਾ, ਕਿਸੇ ਨੂੰ ਅਸਿਸਟੈਂਟ ਦੀ ਨੌਕਰੀ ਦੇ ਸਕਦਾ, ਆਫਿਸ ਅਸਿਸਟੈਂਟ ਦੇ ਸਕਦਾ, ਸਰਵਰ ਮੈਨੇਜਰ, ਇੱਦਾਂ ਕਰਕੇ ਕਈ ਮਹੀਨੇ ਜਿਹੜੇ ਗੱਲਾਂ ਕਰਕੇ ਤੇ 30000 ਰੁਪਈਆ ਨੇ ਲੋਕਾਂ ਕੋਲ ਲੈ ਕੇ ਬੱਚਿਆਂ ਕੋਲੋਂ ਲੈ ਕੇ ਤੇ ਉਹਨਾਂ ਨੂੰ ਚਿੱਟੀਆਂ ਵਰਦੀਆਂ ਤੇ ਕਾਲੀਆਂ ਪੈਂਟਾਂ ਪਵਾ ਕੇ ਤੇ ਕਹਿੰਦੇ ਤੁਹਾਡੀ ਨੌਕਰੀ ਪੱਕੀ ਹੋ ਗਈ, ਬਸ ਤੁਹਾਡੇ ਆਈ ਕਾਰਡ ਬਣ ਕੇ ਆਉਣੇ ਆ ਪਰ ਤੁਸੀਂ ਟ੍ਰੇਨਿੰਗ 'ਤੇ ਆ ਜਾਓ। ਉਹਨਾਂ ਨੂੰ ਟ੍ਰੇਨਿੰਗ ਪੱਕਣ ਵਾਸਤੇ ਇੱਥੇ ਕੋਰਟ 'ਚ ਵੀ ਲੈ ਕੇ ਆਉਂਦਾ ਰਿਹਾ ਤੇ ਇੱਥੇ SSP ਆਫਿਸ ਦੇ ਲਾਗੇ, DC ਆਫਿਸ ਦੇ ਲਾਗੇ ਥੱਲੇ ਕੰਟੀਨਾਂ 'ਚ ਬੈਠ ਕੇ ਉਹਨਾਂ ਨੂੰ ਕੰਟੀਨ 'ਚ ਬਿਠਾ ਕੇ ਤੇ ਆਪ ਉੱਪਰੋਂ ਗੇੜਾ ਜਿਹਾ ਮਾਰ ਆਉਣਾ
तो किसी ऑफिस चो उन्हें रजिस्टर रुजिस्टर भी चुक चोरी किए तो कि सू आ काम मिले वा तुम आह काम करो ये तैयारी करो इदा करके मतलब झूठी सच्ची कहानी बना के इन्हें 60-70 बच्चों को पैसे ले ले 33,000 रुपया तो उन्होंने एक्सप्लॉयट किया इन्हें पैसे लैके ना उन्होंने तो उन्होंने इन्हें नौकरी दवाई नहीं बाद दो कुड़ियाँ फिर ये कंटैक्ट आईया तो उन्होंने भी पैसे दे दते तो जो उन्होंने लगे कि सू ठगी मारन दिया तो परसों फिर दरखास्त दे गई एस एस पी साहब से पेश होकर तो उस दरखास्त फिर अं जो कार्रवाई देखी तो ये को सू लभे आई कार्ड बने हुए प्रिंट किए हुए आई कार्ड तो उन्होंने सर्टिफिकेट उन्होंने इन्हें तस्दीक भी कराया सरपंचों को तो इन्हों को पैसे लैके तो नौकरी का दे के पैसे लै ले ठगी मारी नौकरी है कोई नहीं कार्रवाई की की अभी तो पट्टा दिता जी 380-400, 400, 6, 400, 5, 400, 6, 400, 5, 800 तो हूँ तक साड़ी नोटिस आ गया कि 70-80 बंदे आ जिन्हें कोई पैसे लै चुका वा